ਆਮ ਆਦਮੀ ਪਾਰਟੀ ਦੇ ਹਲਕਾ ਦੱਖ ਤੋਂ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਦਾ ਅਸਤੀਫਾ ਪ੍ਰਵਾਨ ਹੋਣ ਤੋਂ ਬਾਅਦ HS ਫੂਲਕਾ ਮੀਡੀਆ ਦੇ ਸਾਹਮਣੇ ਆਏ ਨੇ। HS ਫੂਲਕਾ ਨੇ ਮੀਡੀਆ ਦੇ ਸਾਹਮਣੇ ਆਉਂਦਿਆਂ ਨਵਜੋਤ ਸਿੰਘ ਸਿੱਧੂ, ਸੁਖਪਾਲ ਸਿੰਘ ਖਹਿਰਾ, ਸਿਮਰਜੀਤ ਸਿੰਘ ਬੈਂਸ ਅਤੇ ਹੋਰ ਲੀਡਰਾਂ ਨੂੰ ਇਹ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ 'ਤੇ ਦਬਾਅ ਬਣਾਉਣ ਦੇ ਲਈ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ ਆਪਣੇ ਅਸਤੀਫਿਆਂ ਦੀ ਝੜੀ ਲਗਾ ਦੇਣ। HS ਫੂਲਕਾ ਦਾ ਕਹਿਣਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਮਿਲ ਕੇ ਖੇਡ ਰਹੇ ਨੇ ਅਤੇ ਕਿਸੇ ਨੂੰ ਵੀ ਸਜ਼ਾਵਾਂ ਨਹੀਂ ਦਿਵਾਉਣਾ ਚਾਹੁੰਦੇ। ਇਸ ਦੇ ਲਈ ਪੰਜਾਬ ਸਰਕਾਰ ਦੇ ਖਿਲਾਫ਼ ਦਬਾਅ ਬਣਾਉਣ ਦੇ ਲਈ ਇਹਨਾਂ ਲੀਡਰਾਂ ਨੂੰ ਆਪਣੇ ਅਸਤੀਫੇ ਦੇ ਦੇਣੇ ਚਾਹੀਦੇ ਹੈ। ਫੂਲਕਾ ਦਾ ਕਹਿਣਾ ਕਿ ਅਸਤੀਫਿਆਂ ਦੇ ਦਬਾਅ ਵਿੱਚ ਆ ਕੇ ਕੈਪਟਨ ਅਮਰਿੰਦਰ ਸਿੰਘ ਇਹਨਾਂ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕਰਨਗੇ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਕੰਮ ਹੋਏਗਾ। HS ਫੂਲਕਾ ਨੇ ਨਵਜੋਤ ਸਿੰਘ ਸਿੱਧੂ, ਸੁਖਪਾਲ ਖਹਿਰਾ ਅਤੇ ਸਿਮਰਜੀਤ ਬੈਂਸ ਨੂੰ ਅਪੀਲ ਕਿਸ ਤਰ੍ਹਾਂ ਕੀਤੀ ਹੈ ਤੁਸੀਂ ਵੀ ਦੇਖ ਲਓ। ਮੈਂ ਅੱਜ ਤੁਹਾਡੇ ਮਾਰਫਤ ਸਰਦਾਰ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਇੱਕ ਬੇਨਤੀ ਕਰਦਾ। ਸਿੱਧੂ ਸਾਹਿਬ ਵਿਧਾਨ ਸਭਾ 'ਚ ਰੋਏ ਸੀ, ਵਿਧਾਨ ਸਭਾ 'ਚ ਝੋਲੀ ਅੱਡੀ ਸੀ, ਇਹ ਝੋਲੀ ਤੁਹਾਡੀ ਖਾਲੀ ਤਾਂ ਕੀ, ਇਹ ਉਲਟੇ ਪਾਸੇ ਨੂੰ ਕੰਮ ਸ਼ੁਰੂ ਹੋ ਗਿਆ। ਜੇ ਤੁਸੀਂ ਮੰਤਰੀ ਤੋਂ ਅਸਤੀਫਾ ਦਿੱਤਾ, ਉਹ ਤਾਂ ਪੋਰਟਫੋਲੀਓ ਬਦਲ ਕਰਕੇ ਦਿੱਤਾ ਗਿਆ, ਉਸ ਝੋਲੀ 'ਚ ਪੈ ਗਿਆ। ਅੱਜ ਉੱਥੇ ਵਿਧਾਨ ਸਭਾ 'ਚ ਉਸੇ ਸੀਟ 'ਤੇ ਹੁਣ ਤੁਸੀਂ ਦੂਜੀ ਰੋਜ਼ ਚਲੇ ਗਏ ਹੋ, ਤੀਜੀ ਚੌਥੀ ਪਤਾ ਨਹੀਂ ਕਿੰਨੀ ਚਲੀ ਜਾਓਗੇ, ਕੀ ਕਰਦਾ ਉੱਥੇ ਬੈਠ ਕੇ। ਵਾਹਿਗੁਰੂ ਦਾ ਦਿੱਤਾ ਸਭ ਕੁਛ ਆ ਤੁਹਾਡੇ ਕੋਲੇ, ਬੜੀ ਮਿਹਰ ਆ ਰੱਬ ਦੀ, ਆਓ ਦਿਓ ਅਸਤੀਫਾ ਵਿਧਾਨ ਸਭਾ ਤੋਂ। ਔਰ ਇਸ ਵਾਰੀ ਮੰਤਰੀ ਦੇ ਪੋਰਟਫੋਲੀਓ ਵਾਸਤੇ ਨਹੀਂ, ਕਿਉਂਕਿ ਜੋ ਵਾਅਦੇ, ਜੋ ਉੱਥੇ ਡਿਬੇਟ ਦੇ ਵਿੱਚ ਜੋ ਜੋ ਗੱਲਾਂ ਹੋਈਆਂ ਸੀ, ਉਹ ਤੁਹਾਡੀ ਝੋਲੀ ਖਾਲੀ ਪਈ ਆ। ਉਹ ਝੋਲੀ ਖਾਲੀ ਲੈ ਕੇ ਬਾਹਰ ਪਬਲਿਕ ਕੋਲ ਆਓ। ਤੁਸੀਂ ਇਹ 2 ਸਾਲ 2.5 ਸਾਲ ਲੋਕ ਸਭਾ 'ਚ ਰੌਲਾ ਪਾ ਕੇ ਕੁਛ ਨਹੀਂ ਕਰਾ ਸਕੇ, ਆਓ ਹੁਣ ਉਹਨੂੰ ਛੱਡ ਕੇ ਬਾਹਰ ਪਬਲਿਕ ਦੇ ਅੱਗੇ, ਆਓ ਇੱਥੇ ਪਬਲਿਕ ਦੇ ਵਿੱਚ। ਮੈਂ ਬੇਨਤੀ ਕਰਦਾ ਰਮਿੰਦਰ ਸਿੰਘ ਸਿੱਕੀ ਨੂੰ, ਬਹੁਤ ਵੱਡਾ ਤੁਸੀਂ ਫੈਸਲਾ ਲਿਆ ਸੀ 2015 'ਚ। ਸਿੱਕੀ ਸਾਹਿਬ, ਤੁਹਾਡੇ ਤੇ ਵਾਹਿਗੁਰੂ ਦੀ ਬੜੀ ਮਿਹਰ, ਬੜਾ ਤਕੜਾ ਤੁਹਾਡਾ ਕੰਮ ਹੈ, ਖੇਤੀ ਆ, ਬਿਜ਼ਨਸ ਆ। ਤੁਸੀਂ ਉਦੋਂ ਸਾਰੀ ਕੌਮ ਨੇ ਤੁਹਾਨੂੰ ਸਿਰ ਤੇ ਚੁੱਕਿਆ, ਤੁਸੀਂ ਉਦੋਂ ਅਸਤੀਫਾ ਦਿੱਤਾ ਤੇ ਕੌਮ ਨੇ ਕਿਹਾ ਕਿ ਐਡੀ ਵੱਡੀ ਕੁਰਬਾਨੀ ਤੁਸੀਂ ਕੀਤੀ ਆ। ਸਿੱਕੀ ਸਾਹਿਬ, ਅੱਜ ਉਸੇ ਸਦਨ ਦੇ ਵਿੱਚ ਤੁਸੀਂ ਬੈਠੇ ਕੀ ਕਰਦੇ ਹੋ, ਜਦੋਂ ਤੁਹਾਡੀ ਆਪਣੀ ਸਰਕਾਰ ਉਹੀਓ ਕੁਛ ਕਰ ਰਹੀ ਆ ਜੋ ਪਿਛਲਿਆਂ ਨੇ ਕੀਤਾ। ਸਿੱਕੀ ਸਾਹਿਬ ਨੂੰ ਮੈਂ ਕਹਿੰਦਾ, ਜੇ ਉੱਥੇ ਵਿਧਾਨ ਸਭਾ ਤੋਂ ਅਸਤੀਫਾ ਆਓ, ਸਰਕਾਰ ਦੇ ਉੱਤੇ ਪ੍ਰੈਸ਼ਰ ਕਿਵੇਂ ਨਹੀਂ ਪੀਂਦਾ ਪੈਂਦਾ, ਕਿਵੇਂ ਇਹ ਸਰਕਾਰ ਸੁੱਤੀ ਰਹੂਗੀ। ਲੜੀ ਲਾ ਦਿਓ ਅਸਤੀਫਿਆਂ ਦੀ। ਜੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਪਿਆਰ ਆ, ਜੇ ਤੁਹਾਨੂੰ ਬੇਅਦਬੀ ਦਾ ਫਿਕਰ ਹੈ, ਇਕੱਲਾ ਅਖਬਾਰਾਂ 'ਚ ਫੋਟੋਆਂ ਦੇ ਕੇ ਬਿਆਨ ਦੇ ਕੇ ਨਹੀਂ ਕੁਛ ਹੋਣਾ, ਹੁਣ ਉਹ ਸਾਲ ਤੁਸੀਂ ਕਰਕੇ ਦੇਖ ਲਿਆ। ਮੈਂ ਹਰਮਿੰਦਰ ਸਿੰਘ ਗਿੱਲ ਨੂੰ ਕਹਿੰਦਾ, ਐਡੇ ਗੱਜ ਦੱਬ ਕੇ ਬੋਲੇ ਸੀ ਉਹ ਵਿਧਾਨ ਸਭਾ ਦੇ ਵਿੱਚ, ਬੜੀ ਕੁਰਬਾਨੀ ਹੈ ਹਰਮਿੰਦਰ ਸਿੰਘ ਗਿੱਲ ਦੀ। ਅੱਜ ਚੁੱਪ ਕਿਵੇਂ ਬੈਠੇ ਹੋ ਤੁਸੀਂ ਉਸ ਵਿਧਾਨ ਸਭਾ 'ਚ, ਉਸੇ ਸੀਟ ਦੇ ਵਿੱਚ ਬੈਠ ਕੇ ਜਿੱਥੇ ਤੁਸੀਂ ਐਡੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਸੀ, ਅੱਜ ਸਾਲ ਬਾਅਦ ਜੋ ਹੋ ਰਿਹਾ, ਕਿਵੇਂ ਤੁਸੀਂ ਉਸ ਸੀਟ ਦੇ ਉੱਤੇ ਵਾਪਸ ਬੈਠੇ। ਮੈਂ ਬੈਂਸ ਭਰਾਵਾਂ ਨੂੰ ਕਹਿੰਦਾ ਕਿ ਦਿਓ ਵਿਧਾਨ ਸਭਾ 'ਚ ਅਸਤੀਫਾ, ਦੇਖੋ ਸਰਕਾਰ ਕਿਵੇਂ ਨਹੀਂ ਮਜ਼ਬੂਰ ਹੁੰਦੀ, ਹੁਣੇ ਪਊਗਾ ਸਰਕਾਰ ਨੂੰ ਮਜ਼ਬੂਰ। ਮੈਂ ਖਹਿਰਾ ਸਾਹਿਬ ਨੂੰ ਕਹਿੰਦਾ, ਪਾਰਟੀ ਛੱਡਣ ਕਰਕੇ ਨਹੀਂ, ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕਰਕੇ ਅਸਤੀਫਾ ਦਿਓ। ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਨਾਮ ਲੈ ਕੇ ਭੇਜੋ ਅਸਤੀਫਾ, ਕਹੋ ਸਪੀਕਰ ਨੂੰ ਜੇ ਅੱਜ ਅਸਤੀਫਾ ਮੰਗੇਗਾ ਦਿੰਦੇ, ਅਸੀਂ ਛੱਡ ਕੇ ਆਉਂਦੇ ਹਾਂ, ਛੱਡ ਕੇ ਆਉਂਦੇ ਹਾਂ। ਇਹ ਲੜੀ ਲਾ ਦਿਓ ਅਸਤੀਫਿਆਂ ਦੀ, ਸਰਕਾਰ ਮਜ਼ਬੂਰ ਹੋਊਗੀ, ਕਿਵੇਂ ਨਹੀਂ ਸਰਕਾਰ ਮੰਨੂ।